ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਮਿੱਤਰੋ, ਘੈਂਟ ਬਲੌਗ ਲੈ ਕੇ ਆ ਗਿਆ ਤੁਹਾਡੇ ਲਈ ਅੱਜ ਦੇ ਦਿਨ ਦੀ। ਅੱਜ ਦੇ ਬਲੌਗ ਦੀ ਕਰਤੀ ਆਪਾਂ ਸ਼ੁਰੂਆਤ, ਅਤੇ ਸ਼ੁਰੂਆਤ ਕੀਤੀ ਆ ਕਿਸ ਗੱਲ ਤੋਂ, ਲਓ ਵੀ ਦੁਪਹਿਰ ਹੋ ਗਈ ਹੈ ਪੂਰੀ, ਅਤੇ ਉੱਧਰ ਪਤੰਦਰ ਜੀ ਲੱਗੇ ਹੋਏ ਨੇ ਚ ਬੱਚੇ ਜੇ ਨਹਾਉਣ ਨੂੰ, ਅਤੇ ਮੈਂ ਚਲੋ ਆਪਾਂ ਵੀ ਨਹਾ ਲਈਏ ਥੋੜ੍ਹਾ ਬਹੁਤਾ। ਹਾਂ ਵੀ ਗੋਪੀ ਸਿਆਂ, ਕੀ ਹਾਲ ਆ? ਹੋਰ ਫਿਰ ਆ ਜਾਂ ਨਵਾਈਏ ਤੈਨੂੰ? ਨਹੀਂਦਾ ਨੀ, ਕਿਉਂ? ਠੰਡ ਜ਼ਿਆਦੀ ਆ? ਉਹ ਬੰਬੀ ਦੇ ਨਜ਼ਾਰਾ ਆਉਂਦਾ ਕਿਤੇ, ਤੈਨੂੰ ਕੀ ਪਤਾ ਪਤੰਦਰਾ ਮੋਟਰ 'ਤੇ ਆਨੰਦ ਆਉਂਦਾ ਕਿਤੇ ਬਈ। ਜਿਨ੍ਹਾਂ ਜਿਨ੍ਹਾਂ ਦੀ ਇਹਨੇ ਮੋਟਰ ਨਾਲ ਪੈਲੀ ਬੰਨਾ ਹੈਗਾ ਉਹਨਾਂ ਨੂੰ ਪਤਾ ਸਵਾਦ ਕੀ ਆ, ਬਾਕੀ ਕਿਹੜੇ ਆ ਹੈਗੇ ਸ਼ਹਿਰੀ ਸ਼ੂਰੀ ਆ ਉਹਨਾਂ ਨੂੰ ਕੀ ਪਤਾ। ਸਾਰੇ ਘਰੇ ਨਹੀਂ ਨਹਾਈਦਾ ਯਾਰ, ਮੋਟਰ 'ਤੇ ਨਹਾਉਂਦਾ ਤਾਂ ਦੇਖੋ ਮੁੰਡਾ ਹੈ ਲੱਗਾ ਕਿੱਦਾਂ ਦੰਦ ਮਾਰਨ। ਹੁਣ ਕਿਉਂ ਵਿੱਚ ਵੜਿਆ ਹੈ? ਮਾਰ ਫਿਰ ਮਾਰ ਡੰਡ। ਕੱਦੂ ਕਹਿੰਦਾ ਕੱਦੂ ਕੁੱਦੂ ਜੀ ਨਾ ਉਹ। ਲਓ ਵੀ ਮੇਰੇ ਤਾਂ ਜਾਮਲੂ ਲੱਗੇ ਹੋਏ ਨੇ ਪੂਰੇ, ਪਹਿਲਾਂ ਦੋ ਤਿੰਨ ਜਾਂਦੇ ਆ ਤੁਸੀਂ ਸਵਾ ਕਿਆ ਬਾਤ ਹੈ ਬਈ, ਜਾਮਲੂ ਤਾਂ ਲਾਗੇ ਲੱਗ ਗਈ ਹੈ ਯਾਰ। ਗੋਪੀ ਤੋੜੋ ਏ, ਗੋਪੀ ਨੇ ਪੌੜੀ ਤੂੰ ਨਾਲਾ ਚੁੱਪ ਕਰਕੇ ਨਾਲਾ। ਚਾਚੀ ਸੋਹਣੀ ਬੜੀ, ਕੀ ਕਰੀਏ ਕੈਮਰੇ ਸਾਹਮਣੇ ਨਹੀਂ ਆਉਂਦੀ ਚਾਚੀ ਯਾਰ। ਮੇਰਾ ਜਾਮ ਨਹੀਂ ਟੁੱਟਣ ਡਿਆ ਮੇਰੇ ਤੋਂ, ਆਹ ਤੋੜਨੇ ਲੈ ਲੈ ਅਮਨ ਜਾਮ ਨੂੰ ਤੋੜ ਥੋੜੇ ਜਿਹੇ, ਸਵਾਦ ਦੇਖੀਏ ਜਾਮੂਆਂ ਦਾ। ਚੱਕੋ ਪਰੌਂਠਾ ਜਾਮੂ ਵਾਲਾ, ਆਹ ਵੀ ਜਾਮੂ ਆ ਧੋ ਕੇ ਖਾ ਲਿਆ ਕਰੋ, ਕਰੰਟ ਕਰੁੰਟ ਨਹੀਂ ਮਾਰਦੀ। ਜਾਮੂ ਕੰਮ ਜਾਮੂ ਜਾਮੂ ਹੋਏ ਬੱਕਾ ਤੋੜ ਯਾਰ। ਤਾਂ ਚੜ੍ਹਨਾ ਬੜਾ ਮੈਨੂੰ ਲੱਗਦਾ, ਕਲੋਰ ਹੋ ਗਈ ਬਾਈ ਤੋੜ ਫਿਰ। ਬਈ ਉੱਪਰ ਲੱਗਿਆ ਜਾਮ ਨੂੰ, ਉਹ ਦੇਖੋ ਤੁਸੀਂ ਥੱਲੇ ਨਹੀਂ ਟੁੱਟਣੇ। ਲਓ ਵੀ ਮਿੱਤਰੋ ਯਾਰ ਹੁਣੀ ਲੱਗੇ ਨੇ ਨਹਾਉਣ, ਪਾਣੀ ਬੜਾ ਠੰਡਾ ਜੀ, ਚਾਹ ਵਾਸਤੇ ਸਾਰੇ ਮਰ ਗਏ। ਖੜੋ ਮੈਰੀ ਸਾਂਭੋ, ਘੜੀ ਨਹਾਲੀਏ। ਬਣ ਗਿਆ ਬਣ ਗਿਆ, ਨਹੀਂ ਨਾਲਾ ਨਾਲਾ ਆਨੰਦ ਲੱਗ ਰਿਹਾ। ਆਹ
ਵਾਹ ਬਈ ਵਾਹ, ਕਿਆ ਬਾਤ, ਐਸਾ ਨਜ਼ਾਰੇ ਲੱਭਣੇ ਕਿਸੇ ਨੂੰ। ਤੁਸੀਂ ਨਾਲਾ ਥੋੜਾ ਜਿਹਾ ਨਾਲਾ ਮੈਲ ਮੂਲ ਲਓ ਬਈ ਮਿੱਤਰੋ, ਨਜ਼ਾਰੇ ਪੂਰੇ ਆ। ਫੋਨ ਕਰਦੇ ਆ, ਫੋਨ ਇੱਥੇ ਬੰਦ, ਨਾਲੀਏ ਫਿਰ ਕਰਦੇ ਕੋਈ ਗੱਲਬਾਤ। ਬਾਏ ਬਾਏ। ਹਾਂਜੀ ਜੀ, ਕੀ ਬਣਾ ਰਹੇ ਹੋ? ਚਟਨੀ। ਕਿਹੜੀ ਚਟਨੀ? ਮੈਂ ਤੁਹਾਡੇ ਤੋਂ ਚੋਲੀ ਸਾਰਾ ਸਮਾਨ ਲੈ ਵੀ ਕਰਕੇ ਰੱਖ ਵੀ ਲਿਆ। ਕੀ ਦਿਖਾਈ ਮੈਨੂੰ? ਖੋਲ ਉਹ ਗੈਸ ਦੀ ਵੀ। ਅੱਛਾ, ਖੋਲੋ ਫਿਰ, ਚੱਲਿਆ ਮੈਂ ਖੋਲਦਾ। ਟਮਾਟਰ, ਲਾਲ ਮਿਰਚ, ਟਮਾਟਰ, ਲਸਣ, ਅਦਰਕ ਸਭ ਕੁਛ ਪਾਤਾ ਮੈਂ ਇਹਨੂੰ। ਇਹਦੇ ਵਿੱਚ ਥੋੜੀ ਜੀ ਪਹਿਲਾਂ ਇਹਨੂੰ ਇੱਕ ਵਾਰੀ ਮੈਸ਼ ਕਰਕੇ ਫਿਰ ਚੀਨੀ ਐਡ ਕਰਨ ਦੀ ਬਾਤ ਕਰਦੇ। ਹੁਣੇ ਕਰਦੇ ਐਡ, ਹੁਣੇ ਕਰਦਾ ਚੀਨੀ ਵਾ? ਲੋੜ ਨਹੀਂ, ਆਪਾਂ ਥੋੜੀ ਜੀ ਕਰੀਏ ਐਡ। ਤੇ ਲੈਮਨ ਵੀ ਕਰਨਾ, ਨਿੰਬੂ। ਨਿੰਬੂ ਕਿੱਥੇ ਆ? ਵਿੱਚਾਂ ਹੁਣੇ ਪਾ ਦੇ ਕੱਟ ਕੇ। ਲੈ ਮਿੱਤਰੋ, ਚਟਨੀ ਰੈਡੀ ਹੋ ਰਹੀ ਆ ਆਪਣੀ ਮੌਮਸ ਵਾਲੀ। ਅੱਜ ਕਿੱਥੋਂ ਚਟਨੀ ਦਾ ਤੈਨੂੰ ਆ ਗਿਆ? ਹਾਏ ਹਾਏ, ਖਾਣ ਨੂੰ ਬੜਾ ਜੀ ਕਰਦਾ ਤੇਰਾ ਚਟਨੀ। ਹੈ ਲੈ ਲਈਏ, ਉਹ ਵੀ ਮਿਸਤਰੀ ਲੱਗੇ ਹੋਏ ਆ ਪਿੱਛੇ, ਅਤੇ ਮਾਇਡ ਨਾ ਕਰਿਓ, ਖੜਾ ਕਰ ਰਿਹਾ ਠੱਕ ਠੱਕ ਕਰ, ਹੱਥ ਨਾਲ ਇਹਨੂੰ ਜੋੜ ਦਿਓ। ਲੈ ਮੈਂ ਜੋੜਾ। ਬਈ ਕੱਲ ਵਾਲੇ ਮੋਮਸ ਤੁਹਾਨੂੰ ਕੱਲ ਵਾਲੇ ਬਲੌਗ ਚ ਦਿਖੂਗੇ ਮੋਮਸ। ਚਟਨੀ ਇਹ ਸਮਾਨ ਲੈ ਲਈ? ਨਹੀਂ, ਚਟਨੀ ਵੀ ਕੱਲ ਬਣਾ ਲਾਂਗੇ ਜੀ, ਬਸ ਇੱਕੋ ਪਾਉਣਾ ਤੇ। ਕਿਹੜਾ ਮਰਾ ਇੱਕ ਮੋਮਸਾਂ ਦੀ ਚਟਨੀ ਰੈਡੀ ਕਰਤੀ ਰੀਤ ਨੇ, ਕਿਆ ਬਾਤ ਹੈ। ਉਹ ਮਿਰਚ ਰਹਿ ਗਈ ਜ਼ਰੂਰ ਸੀ ਮਾੜੀ, ਕੁੜੀ ਚਟਨੀ ਦੀ ਬੜੀ ਸ਼ੌਕੀਨ ਮੋਮਸਾਂ ਦੀ, ਕੁੜੀ ਨੇ ਆਪ ਹੀ ਬਣਾ ਲਈ ਘਰੇ ਵੇਲੋ, ਇੱਦਾਂ ਦੀ ਹੈ ਕੁੜੀ। ਟੇਸਟੀ ਪਤਾ ਕਿੰਨੀ ਲੱਗਦੀ ਹੈ ਤੁਹਾਨੂੰ, ਕੀ ਪਤਾ ਜਿਹੜੀਆਂ ਕੁੜੀਆਂ ਮੋਮਸ ਖਾਂਦੀਆਂ ਨੇ ਨਾ। ਚਲ ਆ ਜਾ ਲਓ ਵੀ ਮਿੱਤਰੋ, ਕਿੱਥੇ ਬਣਾਈਏ ਫਿਰ? ਉਹ ਸਹਿ ਜਾ ਫਿਰ, ਚੱਲ ਫੋਨ ਬੰਦ ਕਰ ਦੇ, ਮੈਂ ਫੂਡ ਰਹਿਣ ਦੇ, ਚੱਪਲਾਂ ਕੀ ਆਇਆ। ਲਓ ਵੀ ਮਿੱਤਰੋ, ਬਣਾਉਣ ਲੱਗੇ ਵੀਡੀਓ, ਰੀਤ ਦੀਆਂ ਬਣਾ ਦਈਏ ਦੋ ਤਿੰਨ ਵੀਡੀਓ, ਫਿਰ ਕਰਦੇ ਹਾਂ ਕੋਈ ਅੱਗੇ ਦੀ ਕਾਰਵਾਈ। ਵੈਸੇ ਸਾਡੇ ਨਾ ਕੱਲ੍ਹ ਹੋ ਗਈ ਸੀ ਕਲੋਲ, ਕਿਉਂਕਿ ਕੱਲ੍ਹ ਹੈਗਾ ਸੀ ਮੇਲਾ, ਕੱਲ੍ਹ ਵੈਸੇ ਮੇਲਾ ਨਹੀਂ, ਮੇਲਾ ਅੱਜ ਹੀ, ਅਸੀਂ ਤਾਂ ਕੱਲ੍ਹ ਵੈਸੇ ਚਲੇ ਗਏ। ਮੈਂ ਚਲੋ
ਮੇਲਾ ਦੇਖ ਹੀ ਪਤਾ ਨਹੀਂ ਯਾਰ ਅੱਜ ਹੀ ਸ਼ਾਇਦ ਮੇਲਾ ਅਤੇ ਅੱਜ ਵੀ ਪਲੈਨ ਬਣਦਾ ਫਿਰਦਾ ਜਾਣ ਦਾ ਪਰ ਨਹੀਂ ਦਿਲ ਜਿਹਾ ਟੁੱਟ ਗਿਆ ਕੱਲ੍ਹ ਮੁੜ ਕੇ ਅਤੇ ਉਹ ਆ ਰਹੀ ਹੈ ਮੈਡਮ ਪਿੱਛੇ ਅਤੇ ਆਪਾਂ ਹੁਣ ਇੱਥੇ ਬਣਾਉਂਦੇ ਹਾਂ ਦੋ ਇੱਕ ਦੋ ਵੀਡੀਓ ਫਿਰ ਕਰਦੇ ਹਾਂ ਕੋਈ ਗੱਲਬਾਤ ਉਹ ਪਿੱਛੇ ਉਹਦੀ ਲੋਕੇਸ਼ਨ ਬੜੀ ਘੈਂਟ ਹੋਣੀ ਜਾਇਦੀ ਬੜੀ ਹਾਂ ਇੱਕ ਹੀ ਗੱਲਬਾਤ ਬਣਦੀ ਵੀਡੀਓ ਦੀ ਮੇਲਾ ਲੋਕ ਮੇਲਾ ਦੇਖਣ ਆਉਂਦੇ ਆ ਕਿ ਆਪਾਂ ਸਵੇਰੇ ਸਵੇਰੇ ਚੱਲੀਏ ਮੇਲਾ ਦੇਖਣ ਆਈਏ ਅਸੀਂ ਸਫਾਈ ਦੇਖਣਾ ਹੈ ਕਿ ਮੇਲੇ ਦੀ ਕਿੰਨੀ ਕੋਈ ਆ ਬਸ ਤੁਹਾਨੂੰ ਮੇਲਾ ਖਤਮ ਕਿੱਥੇ ਆ ਚੱਲ ਗੋਲ ਗੱਪੇ ਖਾਂਦੇ ਗੋਲ ਗੱਪੇ ਲਓ ਵੀ ਚਾਚੀ ਨੂੰ ਅੱਜ ਆ ਜਾਓ ਆ ਜਾਓ ਲਓ ਵੀ ਮਿੱਤਰੋ ਜਾਓ ਜਾਓ ਤੁਸੀਂ ਕਿੰਨੇ ਖਵਾਉਣੇ ਗੋਲ ਗੱਪੇ ਅੱਜ ਹੋਏ ਗੋਲ ਗੱਪੇ ਕਿੰਨੇ ਖਵਾਉਣੇ ਦੋਵਾਂ ਨਾਲ ਮੈਂ ਹੁਣ ਲੈ ਮੇਰੇ ਵਾਸਤੇ ਬੈਠੇ ਜੀ ਮੈਂ ਚੱਲਿਆ ਜਿਮ ਉਹ ਮੇਲਾ ਖਤਮ ਹੋ ਗਿਆ ਹੁਣ ਆਏ ਮਾਮਾ ਪਲਕੇ ਆ ਮੇਲਾ ਨਹੀਂ ਹੈਗਾ ਚੱਲ ਕਬੱਡੀ ਦੇਖ ਲਾਂਗੇ ਗੱਲ ਆਣ ਕੇ ਹਾਂ ਹੈਲੋ ਗਾਈਸ ਲਓ ਮਿੱਤਰੋ ਗੋਲ ਗੱਪੇ ਵਧੀਆ ਇਕੱਲੇ ਗੋਲ ਗੱਪੇ ਖਾ ਲੈਂਦੇ ਹੁਣ ਤਾਂ ਸਾਰਾ ਸਮਾਜ ਗਿਆ ਆ ਜਾਓ ਤੁਸੀਂ ਕੀ ਖਰੀਦਣਾ ਤੂੰ ਜੇ ਆਪਣੇ ਮੁੰਡੇ ਵਾਸਤੇ ਲੈ ਜਾ ਜੋ ਕੁਛ ਕਰਦਾ ਭੂਪੜਾ ਭੂਪੜਾ ਘਰ ਵਾਲੀ ਵਾਸਤੇ ਝੁਮਕੇ ਖਾਣ ਲੱਗਾ ਅੱਛਾ ਮੈਂ ਤੂੰ ਖਾਣ ਲੱਗਾ ਕਿਤੇ ਹੋਊਗੀ ਤੇ ਖੜੂ ਕੁਛ ਬਜ਼ਾਰਾ ਮੰਨਦੇ ਨੀ ਉਦੋਂ ਗੱਲ ਸੁਣਦੇ ਨੀ ਕਿਤੇ ਲਓ ਮਿੱਤਰੋ ਕਿੰਨੇ ਕਿੰਨੇ ਖਾਣੇ ਗੋਲ ਗੱਪੇ ਸਾਰੇ ਖਾਣ ਵਾਲੇ ਫੜ ਦੋ ਕੋਲੀਆਂ ਫਿਰ ਚਾਚੀ ਨਹੀਂ ਖਾਂਦੀ ਯਾਰ ਗੋਲ ਚਾਚੀ ਸੋਹਣੀ ਚਾਚੀ ਸੋਹਣੀ ਬੜੀ ਕੀ ਕਰੀਏ ਲਓ ਮਿੱਤਰੋ ਅਸੀਂ ਆਏ ਸੀ ਮੇਲਾ ਦੇਖਣ ਤੇ ਮੇਲਾ ਹੋ ਗਿਆ ਜਾਂਦਿਆਂ ਨੂੰ ਖਤਮ ਕਿਉਂ ਜੀ ਅਸੀਂ ਅੱਜ ਫਿਰ ਲੇਟ ਆਏ ਉਹ ਮਜ਼ਾਕ ਕੀਤਾ ਨਾ ਲਓ ਮਿੱਤਰੋ ਚੈੱਕ ਕਰੋ ਸਮਾਨ ਲੈਣ ਆਏ ਸੀ ਆਪਾਂ ਸ਼ੋਪਿੰਗ ਹੋਰ ਰੀਤ ਕਰੀਏ ਬਾਹਰ ਹਾਂ ਚਲੋ ਦੇਖ ਲਈਏ ਲੈਣਾ ਤਾਂ ਹੈਗਾ ਜੀ ਸਮਾਨ ਮੁੱਛ ਚਿੱਟੀ ਕਰ ਲਈਏ ਸੋਹਣਾ ਲੱਗਦਾ ਜੀ ਅੱਜ ਕਿਹੜਾ ਗੱਲਬਾਤ ਬਈ ਸਮਾਨ ਚੈੱਕ ਕਰੋ ਤੁਸੀਂ ਆਹ ਲੈਣਾ ਆਪਾਂ ਕੈਂਟ ਆ ਮੇਲੇ ਦੇ ਨਾਲ ਨਾਲ ਸ਼ੋਪਿੰਗ ਵੀ ਹੋ ਜਾਵੇ ਥੋੜ੍ਹੀ ਜਿਹੀ ਚੰਗੀ ਤਰ੍ਹਾਂ ਦੋਨੋਂ ਪਾਸੇ ਕੀ ਬਾਤ ਆ ਲਓ ਵੀ ਮਿੱਤਰੋ ਜੱਟ ਰੈਡੀ ਹੋ ਗਿਆ ਕਿਸ ਚੱਲਿਆ ਹਾਂ ਹਾਂ ਚੱਲ ਫੜ ਕੇ ਲਿਆ ਭੱਜ ਕੇ ਇੱਥੇ ਬੁਲਟ ਤੇ ਛੱਡਣ ਜਾਣਾ ਇਹਨੇ ਪਰ ਅੰਦਰ ਲਾ ਦੂਗਾ ਕੋਈ ਨੀ ਲਓ ਮਿੱਤਰੋ ਮੈਂ ਚੱਲਿਆ ਲੁਧਿਆਣੇ ਨੂੰ ਚਲੋ ਮੈਂ ਸੈਰ ਸੂਰ ਕਰ ਆਈਏ ਰਿਸ਼ਤੇ ਐਨਕਾਂ ਲਿਆ ਦੇ ਭੱਜ ਕੇ ਤੇ ਮੇਰਾ ਚਿੱਟਾ ਪਰਨਾ ਲਿਆ ਦੀ ਧੁੱਪ ਬੜੀ ਹੈ
ਸਵਾਗਤ ਆ ਸਵਾਗਤ ਆਪਾਂ ਸਵੇਰ ਦਾ ਕੀਤਾ ਬਸ ਆਪਾਂ ਤਿਆਰੀ ਕਰ ਲਈ ਹੈ ਲੁਧਿਆਣੇ ਦੀ ਲੁਧਿਆਣੇ ਨੂੰ ਚੱਲਿਆ ਮੈਂ ਇਕੱਲਾ ਹੀ ਤੇ ਮੈਂ ਚਲੋ ਜਾਣ ਲੱਗਿਆ ਬਾਏ ਬਾਏ ਕਰ ਦਈਏ ਰੀਤ ਬੜਾ ਜਿੱਦ ਕਰਨ ਦੀ ਕਹਿੰਦੀ ਮੰਮੀ ਜਾਣਾ ਮੈਂ ਚਲੋ ਇਕੱਲੇ ਹੀ ਚੱਲਦੇ ਹਾਂ ਕੀ ਲੈਣਾ ਬੱਲੇ ਬੱਲੇ ਜੋ ਲਓ ਮਿੱਤਰੋ ਇੱਕ ਮਿੰਟ 'ਚ ਆ ਗਿਆ ਇੱਕ ਮਿੰਟ 'ਚ ਆ ਗਿਆ ਇੱਕ ਮਿੰਟ 'ਚ ਆ ਗਿਆ ਜ਼ਿਆਦਾ ਨਹੀਂ ਮਿਲਾਉਣਾ ਇੱਕ ਸਕਿੰਟ ਅਤੇ ਇੱਕ ਮਿੰਟ ਚੱਲ ਵੀ ਕਰ ਲੈ ਕਿੱਕ ਮਾਰ ਚੱਲੀਏ ਆਉਂਦੇ ਹਾਂ ਕੱਲ੍ਹ ਨੂੰ ਚੰਗਾ ਬਾਏ ਬਾਏ ਪੱਠੇ ਪੁੱਠੇ ਪਾਓ ਲਓ ਮਿੱਤਰੋ ਚੱਲ ਵੀ ਜਾਣ ਦੇ ਪਿਆਰ ਨਾਲ ਮਿੱਤਰੋ ਖੇਤੀ ਹੈ ਯਾਰਾਂ ਨੇ ਲੁਧਿਆਣੇ ਦੀ ਤਿਆਰੀ ਅਤੇ ਇਹ ਮੁੰਡਾ ਚੜ੍ਹਾ ਗਿਆ ਹੋਊਗਾ ਮੈਨੂੰ ਅੱਡੇ ਤੋਂ ਬੱਸ 'ਤੇ ਜਾਣਾ ਬੱਸ 'ਤੇ ਹੀ ਆਪਾਂ ਅਤੇ ਬੱਸ 'ਤੇ ਜਾਵਾਂਗੇ ਅਤੇ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਕੀ ਕਰਨ ਚੱਲੇ ਆਪਾਂ ਲੁਧਿਆਣੇ ਚੱਲ ਲੁਧਿਆਣੇ ਜਾ ਕੇ ਦੱਸਾਂਗੇ ਤੁਹਾਨੂੰ ਧਿਆਨ ਸੇ ਬਈ ਧਿਆਨ ਸੇ ਅਭੀ ਤੋਂ ਘਰ ਸੇ ਨਿਕਲੇ ਹੀ ਹੈ ਬਾਕੀ ਦੂਜੇ ਬੰਦੇ ਵੀ ਆਉਂਦੇ ਪਏ ਆਪਾਂ ਨੂੰ ਲੈਣ ਇਹ ਨਹਾਣ ਕੇ ਆਪਾਂ ਥੋੜ੍ਹਾ ਘੁੰਮ ਫਿਰ ਲਿਆ ਵਾ ਮੈਂ ਚਲੋ ਗੇੜੀਆਂ ਗੁੜੀਆਂ ਮਾਰੀਏ ਸੇਵਾ ਸੁਵਾ ਕਰ ਲਓ ਕੋਈ ਜੂਸ ਜਾਸ ਪਿਆ ਦਿਓ ਅਤੇ ਨਹੀਂ ਪਿਆਉਣਾ ਲੈ ਲਓ ਵੀ ਐਂਕਲੀ ਆਸ਼ਕ ਬੰਦੇ ਦਾ ਕੁਝ ਨਹੀਂ ਹਾਲ ਹੁੰਦਾ ਕਹਿ ਕਰ ਸਕਦੇ ਰੰਗ ਉੱਡੇ ਪਏ ਗਰੀਬ ਦੇ ਕਹਿੰਦੀ ਹੁਣੇ ਆ ਮੇਰੇ ਕੋਲ ਬਸ ਜੇ ਨਾ ਆਇਆ ਤੇਰੀ ਅੱਜ ਖੈਰ ਨਹੀਂ ਬਈ ਲੁਧਿਆਣੇ ਸ਼ਹਿਰ ਜਾਣ ਕੇ ਇੱਕ ਸਾਲ ਦੀ ਮਾੜੀ ਆ ਦੋ ਮਿੰਟ 'ਚ ਫੋਨ ਖੋ ਕੇ ਲੈ ਜਾਂਦੇ ਸਾਰੇ ਇਸ ਕਰਕੇ ਥੋੜ੍ਹਾ ਜਿਹਾ ਬਸ ਬਚਾ ਕੇ ਲਓਗੇ ਕਿੱਥੋਂ ਕਹਿੰਦੇ ਕਿੱਥੇ ਆ ਗਏ ਆ ਕਹਿੰਦੇ ਉੱਥੇ ਆ ਕੇ ਕਿੱਥੋਂ ਪਹਿਲਾਂ ਗਏ ਲੁਧਿਆਣੇ ਕੀ ਕਰਨਾ ਆ ਕਰਨਾ ਰਸ਼ ਖਤਮ ਹੋਇਆ ਕਹਿੰਦਾ ਰਸ਼ ਪਾ ਕੇ ਦੇਖ ਸਕਦੇ
ਖਾਣ ਪੀਣ ਵਾਲਾ ਸਮਾਨ ਹੀ ਆ ਇੰਨੀ ਦੂਰੋਂ ਬੁਲਾਇਆ ਮੈਨੂੰ ਆਪ ਨੀ ਲੈ ਸਕਦੇ ਵੀ ਲੋ ਵੀ ਮਿੱਤਰੋ ਕਹਿੰਦੇ ਮਸਤੀ ਚੱਲ ਰਹੀ ਹੈ ਤੇ ਕਾਲੋ ਬਿਮਾਰ ਏ ਦਵਾਈ ਦਾ ਨਸ਼ਾ ਏ ਅੱਖਾਂ ਚੜੀਆਂ ਨੇ ਇੱਧਰ ਦੇਖ ਕੀ ਨਾਂ ਸੀ ਕੀ ਨਾਂ ਸੀ ਨਹੀਂ ਨਹੀਂ ਇਹਦਾ ਕੀ ਨਾਂ ਸੀ ਕਾਜ ਜੁੰਡਲ ਪ੍ਰੀ ਜੁੰਡਲ ਪ੍ਰੀ ਤੁਹਾਨੂੰ ਨੇ ਭਰਾਵਾ ਉੱਥੇ ਮੇਕਅਪ ਕਰਾਇਆ ਘਰੇ ਆ ਕੇ ਬਿਮਾਰ ਹੀ ਹੋ ਗਈ ਬੇਚਾਰੀ ਉੱਠੀ ਨੀ ਉਦੋਂ ਤੇ ਚੱਲ ਕੇਲੇ ਦਿੱਤਾ ਰੁਕ ਜਾਣੀ ਓ ਸਾਰੇ ਮੇਰਾ ਫੇਵਰੇਟ ਗਾਣਾ ਉਹ ਚੱਲੀਏ ਫਿਰ ਕੱਲ ਬਲਕਾਰ ਸਿੱਧੂ ਦਾ ਗਾਣਾ ਲਾਉਂਗਾ ਕਿੱਥੇ ਦੱਸੋ ਟੈਟੂ ਪਾਉਣ ਨਾਲ ਕੈਂਸਰ ਹੁੰਦਾ ਜਾਂ ਨਹੀਂ ਚਲੀਏ ਫਿਰ ਸਵੇਰੇ ਹੈਲੋ ਫਕੀਰ ਤੋਰੀ ਪੈਣਾ ਰੱਬ ਦਾ ਨਾਂ ਲੱਗਿਆ ਤੂੰ ਆਪਣੀ ਘਰ ਵਾਲੀ ਪਰਮਿਸ਼ਨ ਲੈ ਪਰਮਿਸ਼ਨ ਹੁਣ ਤੈਨੂੰ ਕੀ ਕਿਹਾ ਵਾ ਮੇਰੇ ਬਥੇਰੇ ਵੀਰ ਭਰਾ ਸੱਜਣ ਨੇ ਪੈਸੇ ਦੇਣ ਵਾਲੇ ਨਹੀਂ ਉਹਨੇ ਕਿ ਤੈਨੂੰ ਠੀਕ ਹੈ ਸੰਡੇ ਪਾਜੀ ਮੇਰੀ ਬੁਕਿੰਗ ਆ ਉਹ ਕਹਿੰਦਾ ਪਾਜੀ ਸੰਡੇ ਜੇ ਪ੍ਰੀਤ ਨੇ ਉਹਨਾਂ ਨਾਲ ਆ ਜਾ
ਚੱਲ ਠੀਕ ਹੈ ਆਪਣੀ ਮਰਜ਼ੀ ਕਰ ਫਿਰ। ਹਾਂ ਮਰਜ਼ੀ ਕਰ, ਇਹਨੂੰ ਕੀ ਬੋਲਦਾ ਫਿਰ? ਆ ਵੇਖ ਲੋ ਕਿੱਦਾਂ ਬੋਲਦੀ ਆ ਮਿੱਤਰੋ ਜੁੰਡਰ ਪ੍ਰੀ। ਨਹੀਂ ਸੋਹਣਾ ਨਾ ਬਈ, ਕੀ ਕਰਦੀ ਮੇਰੀ ਬੁੱਧੜੀ? ਬੁੱਧੜੀ ਨਹੀਂ ਬੁੱਕੜੀ, ਬੁੱਧੜੀ ਕਹਿੰਦੇ ਇੱਕ ਉਹ ਕੀ ਕਮੂ ਜਿੱਥੇ ਆਪਾਂ ਆ ਚੁੰਮਚਾ ਖਾਏ ਗਿਆ ਵੇ। ਹਾਂ ਜਾ ਰਹੀ ਆ ਚੁੰਮਚੇ ਵਾਲੀ ਕਲੋਨ ਤੇਰੀ ਐਨਵਰਸਰੀ ਤੇ। ਹਾਂ ਚੁੰਮਚੇ ਦੀ ਕਿਹੜੀ ਆਮ ਲੈ ਦਊਂਗੀ। ਆਹ ਕਹਿੰਦੇ ਚੁੰਮਚੇ ਦਾ ਤੈਨੂੰ ਦੁਪਹਿਰਾਂ ਨੂੰ ਤੁਰ ਕੇ ਦਿਖਾਈ ਦੁਪਹਿਰੇ ਕਿਹੜਾ ਦੱਸਦੀ ਉਹ ਸੈਣੀ ਦਵਾਈ ਖਾਧੀ ਦਵਾਈ ਬੈਠਾ ਜਾਦਾ ਕਰ ਡੈਡੀ ਉਸ ਦਿਨ ਕੀ ਯਾਦ ਮਤ ਦਿਲਾਓ ਡੈਡੀ ਸਕੂਟਰੀ ਦੇ ਮੋਹਰੇ ਬਿਠਾ ਕੇ ਲੈ ਜੀ ਕੋਈ ਨੀ ਖੜਨਾ ਐਂਡ ਤੇ ਮਿੱਤਰੋ ਬਾਕੀ ਆਪ ਤੇ ਆਣੇ ਆ ਕੀ ਦੇ ਕੀ ਇੱਥੇ ਹੀ ਰਹਿ ਜਾ। ਇਹ ਗਾਣਾ ਸੁਣਿਆ ਕਾਜ ਹੋਈ ਕਿਹੜਾ? ਇਹ ਬੜਾ ਐਂਡ ਗਾਣਾ ਖੜਾ ਸੁਣ ਕੇ ਦੇਖੀ ਕਿਹੜਾ? ਕੋਈ ਨੀ ਖੜਨਾ ਐਂਡ ਤੇ ਮਿੱਤਰੋ ਬਾਕੀ ਆਪ ਤੇ ਆਣੇ ਆ ਤੇ ਸਾਰੇ ਨਾਲ ਥੋੜਾ ਜਾਣਾ ਜਰਾ ਆਪਾਂ ਇੱਥੇ ਹੀ ਰਹਿ ਜਾਣੇ ਆ। ਕਹਿੰਦਾ ਕੀ ਦੇ ਕਿੰਨੇ ਲਾਣੇ ਆ ਕੀ ਦੇ ਕਿੰਨੇ ਚਵਾਰੇ ਨਿਆਣੇ ਨੀ ਸਾਰੇ ਲਾਣੇ ਤੂੰ ਬੁੱਟਾ ਕੀ ਦੇ ਕਿੰਨੇ ਨਿਆਣੇ ਆ ਜਮ ਜਮ ਸੈਟ ਜਾਣੇ ਆ ਕੋਈ ਨੀ ਸਾਂਭਦਾ ਬਾਚੋ ਮਿੱਤਰੋ ਆਪੇ ਪਲ ਜਾਣੇ ਇਹ ਸਾਡੇ ਬੋਲ ਲੈ ਮੈਂ ਨਾ ਜਾਗਾ ਕਦੇ ਮੈਂ ਪੀਣਾ ਨਹੀਂ ਦਿਖਾਈ ਮੜਾ ਆ ਦਿਖਾਈ ਮੜਾ ਆ ਜਣੇ ਗੜੇ ਦੀ ਬਾਹ ਫੜ ਕੇ ਭੰਗੜਾ ਪਾਈ ਜਾਵੇ ਉਹ ਮੈਂ ਨੱਚੋ ਸਾਲ ਵਿਆਹ ਤੇ ਕਿਹਦੇ ਦੇ ਵਿਆਹ ਤੇ ਆ ਲਗਾਤਾਰ ਹੀ ਹੋਈ ਉਹ ਜਿਹੜਾ ਨਹੀਂ ਉਹ ਬੀਬੀਆਂ ਉਹ ਕਿਹੜੀ ਉਹ ਬੀਬੀ ਜੀ ਲੱਗ ਗਏ ਉਹਨਾਂ ਦੇ ਪਠਾਨਕੋਟੀਆਂ ਦੇ ਉਹਨੂੰ ਲੈ ਭਰਾਵਾ ਖਿੱਚ ਕੇ ਉਹ ਤੁਰਿਆ ਬਿਨਾ ਜਾ ਵਿਚਾਰੀ ਨੂੰ ਖਿੱਚੀ ਜਾਵੇ ਨੱਚ ਕਹਿੰਦਾ ਨੱਚ ਚਲੋ ਕੋਈ ਗੱਲ ਨਹੀਂ ਵਧੀਆ ਲਾਈਵ ਚੱਲ ਰਿਹਾ ਕੋਈ ਨੀ ਖੜਨਾ ਕੌਣ ਮਾੜੇ ਫੋਟੋ ਦਿਖਾਈ ਮੇਰੇ ਵਾਲੀਆਂ ਕਬੂਤਰ ਵਾਲੀ ਆਈ ਡੀ ਚੋਂ ਕੱਢ ਕੇ ਔਰ ਗਰਮੀ ਨਾ ਮੰਦੀ ਹਾਲ ਹੋਈ ਵੀ ਆ ਪਹਿਲਾਂ ਅਸੀਂ ਇੱਕ ਕੂਲਰ ਨਹੀਂ ਦੋ ਦੋ ਕੂਲਰ ਸਾਡੇ ਨਿਆਣੇ ਬੜੇ ਲੱਗ ਪੈਂਦੇ ਯਾਰ ਸਬਜ਼ੀ ਕਾਹਦੀ ਬਣਾਈ ਯਾਰ ਮੈਨੂੰ ਜਿਹਨਾਂ ਦੀ ਕੁਝ ਪੜਦਾ ਅੱਜ ਕਰਨ ਦਾ ਬਣਾਉਂਦੀ ਅੱਜ ਤੂੰ ਬਤਾਊਂ ਦਾ ਬਣਾ ਦਾ ਚੱਲ ਉਹ ਕਿੱਥੇ ਰਹਿ ਗਿਆ ਲੋਕ ਮਿੱਤਰੋ ਰੋਟੀ ਖਾਣ ਲੱਗੇ ਹਾਂ ਨਹਾ ਧੋ ਕੇ ਰੈਡੀ ਹੋ ਗਏ ਹਾਂ ਮਾੜਾ ਵੇਲਾ ਇਹਨਾਂ ਨੇ ਏਸੀ ਨਹੀਂ ਲਵਾਇਆ ਮਾੜੀ ਕਰਤੀ ਵੇਲਾ ਗਰਮੀ 'ਚ ਮਾਰਿਆ
ਨੂੰ ਗਲਤ ਸੁਣਿਆ ਫੋਨ ਫਰਿੱਜ ਰੱਖਣਾ ਯਾਰ ਨੁਕਸਾਨ ਹੁੰਦਾ ਫੋਨ ਹੁੰਦਾ ਹੈ ਦੇਖ ਲਈ ਆਪਣਾ ਕੀ ਜਾਂਦਾ ਜੀ ਜਵਾਕ ਆਉਣ ਲੱਗਾ ਚਲੋ ਕਿੱਦਾਂ ਦੀ ਸਹੀ ਠੀਕ ਹੈ।